ਜਾਂ ਕੋਈ ਸੰਗਾ ਵਾ ਬੜਾ ਬੇਸਵਾਦ ਕੀਤਾ ਮੇਰਾ ਮਾਲਕ ਤੁਸੀਂ ਤਵੱਜੋ ਕਰੋ ਜੀ ਕੰਮ ਮੁਕਾਈਏ ਮੇਰਾ ਮਾਲਕ ਮੈਂ ਭੁੱਲਿਆ ਤੇ ਬਹੁਤ ਭੁੱਲ ਗਿਆ ਯਾਦ ਰੱਖਣਾ ਹਾਜਲ ਮੈਂ ਵਿਸਾਰੀ ਗਿਆ ਆਪਣੇ ਮਾਲਕ ਰੱਬੇ ਕਰੀਮ ਦੀ ਬਾਰਗਾਹ ਦੇ ਵਿੱਚ ਅੱਜ ਦੀ ਚੰਦ ਸ਼ੇਰ ਉਸ ਤੋਂ ਬਾਅਦ ਦੋ ਚਾਰ ਦੋ ਨੇ ਸੁਣਾ ਕੇ ਮੈਂ ਮੇਰਾ ਮਾਲਕ ਮੈਂ ਭੁੱਲਿਆ ਤੇ ਬਹੁਤ ਭੁੱਲ ਗਿਆ ਯਾਦ ਰੱਖਣਾ ਹਾਜਲ ਮੈਂ ਵਿਸਾਰੀ ਗਿਆ ਕੁੱਤਾ ਮੂੰਹ ਕਰਕੇ ਤੈ ਵੱਲ ਨੂੰ ਡਿੱਠਾ ਹੀ ਨਹੀਂ ਵੇਲਾ ਗਫਲਤ ਦੇ ਅੰਦਰ ਗੁਜ਼ਾਰੀ ਗਈ ਮੇਰਾ ਮਾਲਕ ਮੈਂ ਭੁੱਲਿਆ ਤੇ ਬਹੁਤ ਭੁੱਲ ਗਿਆ ਯਾਦ ਰੱਖਣਾ ਹਾਜਨ ਮੈਂ ਵਿਸਾਰੀ ਗਿਆ ਕੁੱਤਾ ਮੂੰਹ ਕਰਕੇ ਤੈ ਵੱਲ ਨੂੰ ਡਿੱਠਾ ਹੀ ਨਹੀਂ ਵੇਲਾ ਗਫਲਤ ਦੇ ਅੰਦਰ ਗੁਜ਼ਾਰੀ ਗਿਆ ਆਪਣੀ ਨਾਪਾਕ ਖਹਿਸ਼ਾਂ ਦੀ ਤਕਮੀਲ ਲਈ ਬਦ ਅਮਾਲੀ ਦੇ ਕੋਠੇ ਉਸਾਰੀ ਗਿਆ ਪਿੱਛੂ ਡਿੱਠਾ ਹੀ ਨਹੀਂ ਅੱਗਾ ਭਜਦਾ ਗਿਆ ਖੇਡ ਜੁਰਾ ਤੁਮਾਲੀ ਖਿਲਾਰੀ ਗਿਆ ਪਿੱਛੂ ਡਿੱਠਾ ਹੀ ਨਹੀਂ ਅੱਗਾ ਭਜਦਾ ਗਿਆ ਖੇਡ ਜੁਰਾ ਤੁਮਾਲੀ ਖਿਲਾਰੀ ਗਿਆ ਜਗ ਨੂੰ ਜਿਹੜੇ ਤਰੀਕੇ ਮੈਂ ਲੁੱਟ ਸਕਦਾ ਹਾਂ ਰੂਪ ਉਸੇ ਨਮੂਨੇ ਦਾ ਧਾਰੀ ਗਿਆ ਬਦ ਨਸੀਬਾਂ ਨੂੰ ਆਪਣੇ ਨਸੀਬਾਂ ਉੱਤੇ ਹੱਥੀ ਦੇਂਦਾ ਮੈਂ ਆਪਣੇ ਬੁਹਾਰੀ ਗਿਆ ਬਦ ਨਸੀਬਾਂ ਨੂੰ ਆਪਣੇ ਨਸੀਬਾਂ ਉੱਤੇ ਹੱਥੀ ਦੇਂਦਾ ਮੈਂ ਆਪਣੇ ਬੁਹਾਰੀ ਗਿਆ ਵਸੀ ਫੋਰਾ ਵੀ ਨਹੀਂ ਲੈਣ ਕਈ ਨੂੰ ਦਿੱਤਾ ਕਾਬੂ ਕੀਤੀ ਮੈਂ ਸਾਰੀ ਦੀ ਸਾਰੀ ਗਿਆ ਵਸੀ ਫੋਰਾ ਵੀ ਨਹੀਂ ਲੈਣ ਕਈ ਨੂੰ ਦਿੱਤਾ ਕਾਬੂ ਕੀਤੀ ਮੈਂ ਸਾਰੀ ਦੀ ਸਾਰੀ ਗਿਆ ਸੋਹਣੇ ਮੀਲਾ ਤਾਈ ਮਖਲੂਕ ਟਲ ਖੜਕ ਦੇ ਉੱਠ ਮੈਂ ਬਖਤਾਂ ਦੇ ਇਕੜੇ ਕਤਾਰੀ ਗਿਆ ਤਵੱਜੋ ਜਾਇਜ਼ ਨਾਜਾਇਜ਼ ਢਾਲੀ ਨੂੰ ਤੱਕਿਆ ਹੀ ਨਹੀਂ ਟੋਕਾ ਲਾਲਚ ਦਾ ਹਾਥੀ ਚ ਉਲਾਰੀ ਗਿਆ ਦੁਨੀਆਦਾਰੀ ਦਾ ਇਤਨਾ ਨਸ਼ਾ ਹੀ ਹੋ ਗਿਆ ਜਿਹੜੀ ਲੱਦੀ ਏ ਪੀਤੀ ਮੈਂ ਸਾਰੀ ਗਿਆ ਨਸ਼ਾ ਲੱਥਾ ਹੀ ਨਹੀਂ ਇਸੇ ਰੋਲੇ ਦੇ ਵਿੱਚ ਹੱਕ ਮੈਂ ਤੇਰੇ ਗਰੀਬਾਂ ਦਾ ਮਾਰੀ ਗਿਆ ਉਹ ਧੱਕਾ ਦਿੱਤਾ ਹੀ ਤਕਾਇਆਂ ਦੇ ਬੂਹੇ ਉੱਤੇ ਸਾਰੇ ਜਗ ਨੂੰ ਮੈਂ ਛੱਡ ਕੇ ਹਯਾਤ ਆ ਗਿਆ ਉਹਨੇ ਮੇਰੇ ਵੀ ਜੁਰਮਾਂ ਨੂੰ ਮਾਫ਼ੀ ਚਾਹਦੇ ਜਿਵੇਂ ਹਬਸ਼ੀ ਦੇ ਲੇਖਾਂ ਨੂੰ ਤਾਰੀ ਗਿਆ ਬੜੀ ਮਿਹਰਬਾਨੀ ਸਲਾਮਤ ਰਹੋ ਅੱਲਾਹ ਸਜਣਾ ਨੂੰ ਸਲਾਮਤ ਰੱਖੇ ਤਮਾਮ ਗੋਂਦਲ ਸਾਹਿਬਾਨ ਜਿੱਧਰ ਬੜੀ ਮਿਹਰਬਾਨੀ ਬੇਟਾ ਜੀ ਕੁਝ ਲਾ ਕੋਈ ਯਾਰ ਨਾ ਮਾਰੋ ਬੱਚੇ ਆਏ ਜਨਾਬ ਚੌਧਰੀ ਰਜ਼ਾਕ ਤਾਰਣ ਸਾਹਿਬ ਰਈਸ ਸਾਹਿਬ ਮਾਂ ਫਾਲੀਆ ਮੇਰੇ ਭਾਈ ਚੌਧਰੀ ਮੁਹੰਮਦ ਅਸ਼ਰਫ ਤਾਰਣ ਸਾਹਿਬ ਮਾਲ ਮੁਰਾਦ ਰੈਸ ਮਿਲ ਮਿਹਰਬਾਨੀ ਬੇਟਾ ਮਾਰਕਾ ਗੱਲ ਇਹ ਗੱਲ ਮੇਰੀ ਤਵੱਜੋ ਨਾਲ ਸੁਣ ਲਵੇ ਮੈਂ ਜ਼ਿਆਦਤ ਵਾਲਾ ਆਖਿਆ ਵੈ ਮੈਂ ਪੰਜ ਜਾਂ ਛੇ ਮਿੰਟ ਇਸ ਤੋਂ ਪਹਿਲਾਂ ਬਸ ਸਾਡੇ ਕੋਲ ਆਉਂਦੀਆਂ ਗੱਲਾਂ ਅਤੇ ਉਹ ਤਵੱਜੋ ਨਾਲ ਸੁਣ ਲਈਓ ਇਨਸ਼ਾਅੱਲਾ ਮਜ਼ਾ ਆ ਸਕੇ ਚੌਧਰੀ ਸਾਹਿਬਾਨ ਦੇ ਖਸੂਸੀ ਨਜ਼ਰ ਤਵੱਜੋ ਬੈਠ ਜਾ ਬੇਟਾ ਕਿਸੇ ਚੌਧਰੀ ਸਾਹਿਬ ਭਾਈ ਜਾਨ ਕਿਸੇ ਮੈਂ ਸ਼ੇਰ ਪੇਸ਼ ਕਰ ਰਿਹਾ ਅਤੇ ਵੰਡ ਮੈਂ ਤੁਹਾਡੇ ਕੋਲ ਕਰਾਵਾਂਗੀ ਕਿਸੇ ਕਾਂ ਨੂੰ ਨਾ ਸ਼ਾਹੀਨ ਦਾ ਦੇ ਕੇ ਉੱਚੀ ਨਾ ਪਰਵਾਜ਼ ਉਡਾਈਏ ਬੜੀ ਮਿਹਰਬਾਨੀ ਆਕਿਬ ਸਰਦਾਰੀ ਸਾਹਿਬ ਤੁਹਾਨੂੰ ਦੱਸਿਆ ਲਫ਼ਜ਼ ਉਹਦੇ ਕਿਸੇ ਕਾਂ ਨੂੰ ਨਾ ਸ਼ਾਹੀਨ ਦਾ ਦੇ ਕੇ ਉੱਚੀ ਨਾ ਪਰਵਾਜ਼ ਉਡਾਈਏ ਕਿਉਂ ਅੱਲਾ ਦੀ ਕਸਮ ਹੈ ਜਿਸ ਝੱਟ ਤਾਈ ਹਾਰ ਦਿਵਾਵਣੀ ਹੋਵੇ ਉਹਦੇ ਗੱਲ ਚ ਹਾਰ ਨਾ ਪਾਈਏ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਬਸ ਸਾਡਾ ਮੁਸ਼ਾਹਰਾ ਹੋ ਗਿਆ ਜਰਾ
بڑی مہربانی بڑی مہربانی اللہ تعالی سلامت رکھے بڑی مہربانی اے او ہستیاں جنہاں ساڈے ورگے شہراں نوں ول سکھایا سانوں تساں جیویں سنیا لیکن انصاف نال سننا بزرگ ہی بیٹھے تاڑی دا کڑکار ہونا چاہیے بس تاری محبت چاہیے کسے کان نوں نا شاہین دا دے کے اچھی نا پرواز اڑائیے جس جھٹ تائی ہاتھ دیوامڑی ہووے او تے گل ہار نہ پائیے توجہ تون آخیا بھائی پیڑ سرفیا نال جیتیندے کوئی نہیں او گھر جدڑ حیات بچائیے او کد جدڑ شریک دی ڈاڑی ہووے بازی نسلی خون تے لائیے بڑی مہربانی بڑی مہربانی چودھری صاحب بہت شکریہ جناب میرے عدنان بیٹا عمران بیٹا بہت مہربانی بہت شکریہ بہت مہربانی اگلا شہر اس کو قیمتی ہو سکے انشاءاللہ گل سن کے گل دی وانڈ کریے گلہ وال ہوئیندا تاں گل سن کے گل دی وانڈ کریے گلہ وال ہوئیندا تاں رول مریے سجن دے راواں تے لاجپال ہوئیندا تاں تے واگ چھیڑ لیا وی سجتا دے مائی وال بنیندا تاں اوے ہووے جگر حیات جے مجھ جتنا کسے نال ٹریندا تاں بڑی مہربانی بہت شکریہ جی اللہ تعالی سلامت رکھے اللہ تعالی سلامت رکھے توجہ جی اگلا شعر جی میں تو اندر سے آپ چھے دوڑے میں پڑھ لیں اس وقت میں نہیں تھا دو دوڑے ہو گئے تیسرا شعر چکے کیتے ہوئے ہیک دیو کم آوین دن بھامے کریے پھول پر آئے تھے بڑی مہربانی آجم صاحب چکے کیتے ہوئے ہیک دیو کم آوین دن بھامے کریے خون پر آئے تھے لاجپال وفا دی لاج رکھ دین جڑے پل دین خلق دے سائے دے تے اللہ دی قسمیں خود غرض حیالو قتل کریں دے مجبوریاں دے چورائے تے او جی لال حیات لم ایک کیا کار جید لگ دیے سجد لبھائے دے بڑی مہربانی جناب بہت شکریہ جناب چودھری صاحبان بہت مہربانی چوتھا دوڑا جی ہاں جی دانش بیٹا توجہ جی جویں تاک حیات چوکاٹ تو وکھرا ہو بوئے چ پھیٹ نہیں سکدا نہیں لاؤں گا جویں تاک حیات چوکاٹ تو وکھرا ہو بوئے چ پھیٹ نہیں سکدا جس تیر دی شست درست نہ ہووے تھی ہدف تے ہٹ نہیں سکدا تے اللہ دی قسم ہے انج بغض بے ایمان انسان دے اندروں ساری زندگی مٹ نہیں سکدا اوے ہووے اصلی خون تے قسم خدا دی کسے صورت پھٹ نہیں سکدا بڑی مہربانی بڑی مہربانی چار دوڑے ہو گئے دو دوڑے رہے میں اس کے بعد اجازت منگنی ان شاء اللہ جی نہیں بس گل بیٹا گل بھائی دے کے جو دو چاول چکھی بجے پتہ سارا لگ پہ بس گل اللہ تعالی سلامت رکھے میں ماں صاحب نا تہاڈا حکم ان شاء اللہ بڑا قیمتی میرے شیر اگے آ گیا ہووے مار صاحب میرے بیٹے مار غلام محمد در صاحب میرے بہت نامور شاگرد اللہ تعالیٰ انہوں خضر دی زندگی دے وے اور انہیں بچے بھی سلامت رکھے ہووے بخت بیلی بیلی ہوندے اللہ دی قسم ہے دشمن تو ہوندا ہی کوئی نہیں انجے گل نہ کے ہووے بخت بیلی بیلی ہوندے چودھری صاحب دشمن تو ہوندا ہی کوئی نہیں
अल्लाह की कसम है उस वेले जूठिया भांडिया में खा लेंदे धोंदे ही कोई नहीं। बड़ी मेहरबानी होवे बस, बड़ी मेहरबानी होवे बस। तो बेली बेली होंगे दुश्मन तो होंगे ही कोई नहीं उस वेले जूठिया भांडिया में खा लेंदे धोंदे ही कोई नहीं। तो जेड़ा मिल सी हसद्या हसद्या मिल सी उदा कसम है रोंदा ही कोई नहीं। ओए हरे बख्त हयात ता मिलोड़ को जा झट कौन खलोंदा ही कोई नहीं। बड़ी मेहरबानी अल्लाह तआला सलामत रखे। मेरा मुशायरा पूरा हो गया जरा पाई दौड़े हो गए। क्या बात है क्या बात। चलो दो आखिरी बस जी। नहीं दो आखिरी बस जी। नहीं 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 मैं वादा किया जनाब मैं तो बाद हाला मुशायरा होना है साढ़े अब्दुल अपना जिला खानाबाद मेहमान आ बैठे सानू असी तो थोड़े वतन दें सब बंडी बावल दे नहीं कोई फर्क नहीं जी। अल्लाह तआला सलामत रखे। मैं वही सुनाऊंगा जनाब तुस मेरे जिम्मे बड़ा कीमती शेर मैं पेश कर रहा इंशाल्लाह इंशाल्लाह थोड़े जे सुझोए इंशाल्लाह जिंदगी कम आसी केटा पायल ते घुंगरू च फर्क होता है। बेटा बेटा तवज्जो मेरा रख पायल भी इस जात बजदी पैर घुंगरू भी उथा ही बजदा। इन्हों का मैं तुम फर्क दसन लगा इन्हों के मकाम का फर्क दसन लगा केटा पायल ते घुंगरू च फर्क होता है। एक सुबह ते एक शाम है पायल का नाम हयात शराफत घुंगरू का ना बदनाम है। अल्लाह जी एक ताड़ी मारो तो खुश हो बड़ी मेहरबानी बड़ी मेहरबानी। केटा पायल ते घुंगरू च फर्क होता है। एक सुबह ते एक शाम है पायल का नाम हयात शराफत घुंगरू का ना बदनाम है। अये वार इंसान की जिंदगी बिच किरदार का अजा मकाम है या नजर च गिर के मर वैंदा है या करदा मुलक सलाम है। बड़ी मेहरबानी बड़ी मेहरबानी। आखिरी शेर जी नहायत तवज्जो नाल सुनना। मैं जितने इस पिंडाल दे विच लोग तशरीफ बैठे फरमाए और जो जो मेरा ये शेर सुन सी बड़ा कीमती शेर है इंशाअल्लाह ताला जिंदगी च काम आसी। आ कागज मैं वलेट छड़े जी आ मैं जेब में जा रहा कागज। आखिरी शेर जी बेटा मेरी गाल सुन मारका भाई बड़ी तवज्जो देना। मिट्टी दया घड़िया समेल के रहो एडे ढाक दे चस्के लाए नहीं। बड़ी मेहरबानी बड़ी मेहरबानी। मिट्टी दिया घड़िया समेल के रहो एडे ढाक दे चस्के लाए नहीं। ओए हत्था गोरियां दी गल बंदड़ियां दा तैनू इल्म हकीकत है नहीं। बड़ी मेहरबानी। उन्होंने आख्या भाई तेरे रंग सूरत की झलक मलक जे हारे ले तू बने सूत्रे राला तेरे रंग सूरत की झलक मलक पायदार किस्म की शह नहीं और पर वेख हयात अरूड़िया ते तू पहले आले पाए नहीं। अच्छा भाई साड़ी किस्मत तो तुहाड़ी मर्जी असी तो अज हाजी साहब नूं रज के सुनने के चक्कर च असे पर हाजी साहब नूं नहीं उन्होंने माहौल चस्ते दीती वह इंज सुनावण दे आदी है कि हाजी साहब ये जिहड़ा दौड़ा उन्हें आखिर ते पढ़िया ना इस दौड़े ते मुशायरे मुक जाते होंगे वल्ला बा खुदा। लेकिन मुड़ भी इंशाल्लाह अगां गोंदल साहिबान जिवें जिवें मुशायरे का रिवाज पिया ना तुहानूं चा समझी जासी पहला चांस नहीं होंदा है ते हाजी साहब ते अज दा अदबी मुशायरा मुक गया जी ते हुण एक मुशायरे दा नवां टच आया वधाया अजकल टीपी गोल्ड तो ए मुकाबला
फीमेल बा मुकाबला मेल कदी मेल बा मुकाबला मेल आज है एक फीमेल ते दो मेल अल्लाह बड़ा मेल कराया यानी बड़ा खूबसूरत मुकाबला है साड़ी मेहमान शायरा खानेवाल जिले तो तशरीफ लाया है ओके हाजी साहब प्याज है ना बसर को दर्द वाड़े नाल है चलो असि झांगा ले पर उगा वाट बढ़ने हैं ओ आए निका बिरा साडा पीछे आया है तो ये गल ए दई सदी आ गई याद पर मैं लाहौर अड्डे च खलाम ते पहले मैं थप्पा काट के मिलया उस भाई कितों का है मैं क्या मैं जंग दा उस करी मुड़ मिल तू तो मैं तो गिरा ही हाँ मैं कहते किमें गिराई है तू कितों है उस मैं पर मैं शाबाश है भाई और पराए दे सदा मालूम होता है तो गवाड़ियों का ख्याल सरगो दिल का तो सब बड़ा रखे है जंग आ राजिया है लेकिन मेरी मिन्नत है कि चौथा पंजा जिला खानेवाल बनता है पता लगे साड़ी मेहमान शायरा कि किसे वसदे इलाके किसी अच्छे इलाके मैं आई हाँ तो मेरी इज्जत अफजाई हो सही मुकाबला वन बाई वन दौड़े वास्ते स्टेज तशरीफ लैंदे जनाबे शाह मोहम्मद दानिश बा मुकाबला ज़ोबिया नाज आज दी रिकॉर्डिंग जनाब मियां साउंड सर्विस चौक सत सरावा अच्छा 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 सौ गया थोड़े पढ़े बंदे वाली हालत का ही भाई सत सिरा वासु रोड मंडी बहाउद्दीन बिस्मिल्ला मियां साउंड सर्विस प्रोपराइटर मियां मोहम्मद निवाज ते मियां मोहम्मद शहजाद आज दी सीडी भाई मूवी अलगी ना आई शौकत मिक्सिंग ते आज दी रिकॉर्डिंग मियां साउंड सर्विस वाले को सही एक मुड़ ताड़िया इस्तकबाल करो शाह मोहम्मद दानिश ते उन्होंने मुकाबले च इस मैक ते ज़ोबिया नाज हेलो तो चल रहे हेलो बिस्मिल्लाह रहमान रहीम सब तो पहले तमाम नाजरीन ने महफिल नो मैं नाची जो बेना जी तरफ अस्सलाम वालेकुम तमाम सीनियर उस्तादा तो इजाजत लेंदे हैं महफिल का आगाज करने हैं के सट रब दी जात ते सोचना छड़ दे कर निका जिया दिल दरिया ले जरा बोल चाल के दिल वंडी आई लुट दा माल समझ के दस की बची आई मैं यार जेड़े बंदिया नू समझ नहीं आई दिल वंडी आई यारी दा बाट समझ के जो भी आता ही ना रह पिया दिल वंडी आई लुट का लुट दा माल समझ के दस की बची आई मैं यार बदनाम की तो चौधार लफ्ज प्यार और नुकसान
ਸਾਈਵੀ ਦਾਨਿਸ਼ ਤਾਂ ਬਖਸ਼ੇਂਦੇ ਹੀ ਜੇ ਠੀਕ ਹੋਵੇ ਨੇ ਕਿਰਦਾਰ ਹੈ ਦਾਨਿਸ਼ਾ ਬੇਟੇ ਗਿਲੇ ਨਾ ਕਰੋ ਕਿ ਮੈਂ ਜਿੰਦਿਆਂ ਤੋੜੀ ਤੇਰੀ ਰਾਸਾਂ ਮਰ ਗਈਆਂ ਤਾਂ ਮੇਰੇ ਵਸ ਨਹੀਂ ਇਹ ਸਾਰਾ ਮੁਲਕ ਗਵਾਹ ਕਰ ਲੈ ਮੇਰੀ ਤਰਫੋਂ ਲਗਸੀਆ ਕੱਥ ਨਹੀਂ ਤੇ ਜਿਹੜੇ ਸੜਦੇ ਹਿੰਨ ਨਿਤ ਸਾੜੀ ਰੱਖਾਂ ਇਹੋ ਹੀ ਹੁੰਦਾ ਨਾ ਪਿਆਰ ਵਿੱਚ ਜਿਹੜੇ ਸੜਦੇ ਹਿੰਨ ਨਿਤ ਸਾੜੀ ਰੱਖਾਂ ਤੇਰੇ ਪਿਆਰ ਤੋਂ ਕਰਨੀ ਬਸ ਨਹੀਂ ਓਏ ਤਾਂ ਨੱਪ ਕੇ ਜ਼ੋਬੀਆ ਛੱਡ ਵੰਜਣਾ ਮੈਨੂੰ ਪੀਰ ਉਸਤਾਦ ਦੀ ਦੱਸ ਲਈ ਔਰ ਆਪਣੀ ਜ਼ਾਤ ਤੇ ਵੀ ਸੁਣ ਗੁਨਾਹ ਹੈ ਔਰ ਆਪਣੀ ਜ਼ਾਤ ਤੇ ਵੀ ਸੁਣ ਗੁਨਾਹ ਹੈ ਕੀਤਾ ਇਸ ਤੇ ਜਾਂ ਇਤਬਾਰ ਹੈ ਸਾਰੀ ਖਲਕਤ ਡਿੱਠਾ ਹੈ ਮਰਦਿਆਂ ਤਾਈਂ ਉਹ ਹੋਇਆ ਢੇਰ ਖੁਆਰ ਹੈ ਤੇ ਕਦੀ ਮਰਦ ਜ਼ਬਾਨ ਤੋਂ ਨਹੀਂ ਫਿਰਦੇ ਔਰ ਅਬ ਤਾ ਕੀਵੇ ਯਾਰ ਹੈ ਹੋਵੇ ਔਰਤ ਨੇਕ ਤਾਂ ਸਿਰ ਵਿੱਚਦਾ ਹੈ ਨਾਲੇ ਵਿੱਚਦੀ ਤਾਂ ਦਸਤਾਰ ਹੈ ਬੜੀ ਤਾਰੀਫ ਕਰਦੇ ਪਏ ਮਰਦਾਂ ਦੀ ਕਿ ਕਬੜੀ ਨਹੀਂ ਸਜਣ ਤੂੰ ਆਪ ਚਾ ਦੱਸ ਕਬੜੀ ਨਹੀਂ ਸਜਣ ਤੂੰ ਆਪ ਚਾ ਦੱਸ ਬੰਦੇ ਕਿਉਂ ਭਲਾ ਯਾਰ ਛੱਡਦੇ ਚੰਗਾ ਸਜਣ ਕੋਈ ਕਿਉਂ ਛੱਡਦਾ ਹੈ ਤੇ ਬੜੇ ਨਿੱਕੀ ਜਿਹੀ ਥੁੜਕ ਤਾਂ ਗੁਜਰੀ ਰੁੱਤ ਨੂੰ ਇੱਕ ਪਲ ਵਿੱਚ ਭੁੱਲ ਭਾਲ ਵਹਿੰਦੇ ਤੇ ਬੜੇ ਭੀੜ ਜੇ ਜ਼ੋਬੀਆ ਹੈ ਅੱਜ ਦੇ ਮਰਦ ਬੜੇ ਭੀੜ ਜੇ ਜ਼ੋਬੀਆ ਹੈ ਅੱਜ ਦੇ ਮਰਦ ਵਧਾ ਇੰਜ ਵੀ ਪੀ ਚੱਜ ਮਹਿੰਦੇ ਨੇ ਵਾਦੇ ਚ ਕਰਦੇ ਕਹਿੰਦੇ ਨਾਲ ਕੁੰਡਾ ਕਹਿੰਦਾ ਵੱਜ ਖੜਕੇਂਦੇ ਬੜੇ ਮਰਦ ਬਣੇ ਫਿਰਦੇ ਹੋ ਅੱਛਾ ਅੱਜ ਖੜਾ ਕਰੋ ਕਾ ਕੌਣ ਇਸ ਤਰ੍ਹਾਂ ਕਰਦਾ ਵੱਜ ਖੜਕਾਈ ਨਾ ਤੇ ਕਦੀ ਤੂੰ ਆ ਮੇਰੇ ਸ਼ੌਕ ਤੂੰ ਹੱਥ ਚੁੰਮਣਾ ਹੋ ਕਦੀ ਬਾਈ ਘਤ ਬਾਨਾ ਹੋ ਗਾਲੇ ਚ ਬਲੇ ਅੱਜ ਚੁੰਮਣ ਵਾਲੇ ਹੈਂਸ ਨਹੀਂ ਗੌਰ ਕਰੋ ਮੁਲਾਕਾਤ ਜ਼ਰੂਰੀ ਨਹੀਂ ਨਿਤ ਨਿਤ ਮੁਲਾਕਾਤ ਜ਼ਰੂਰੀ ਨਹੀਂ ਇਹ ਵੀ ਦਾਨਿਸ਼ ਨੇਕ ਚਰੇਨਾ ਹੈ ਉਹ ਮੇਰਾ ਦਿਲ ਠਰ ਵੈਂਦਾ ਸੌ ਰੱਬ ਦੀ ਜਿਹੜਾ ਹੱਸ ਕੇ ਵੇਖ ਚੁੜੇ ਨਾ ਹੈ ਮੈਨੂੰ ਬਖਤ ਦੀ ਲੋੜ ਹੈ ਕਿੱਥੇ ਗੁਰਬਤ ਹੈ ਮੈਨੂੰ ਬਖਤ ਦੀ ਲੋੜ ਹੈ ਕਿੱਥੇ ਗੁਰਬਤ ਹੈ ਤੇਰਾ ਸਾਡਾ ਜੋੜ ਵੀ ਕੋਈ ਨਹੀਂ ਤੇ ਪਰੇਸ਼ਾਨ ਹੋਈ ਹੋਵਾਂ ਕਹਿ ਵੇਲੇ ਆਇਆ ਇਹੋ ਜਿਹਾ ਮੋੜ ਵੀ ਕੋਈ ਨਹੀਂ ਤੇ ਮੇਰੀ ਫਰਦਿਆਂ ਨਾਲ ਇਸਲਾਮ ਦੁਆ ਦਾਨ ਸਾਹਿਬ ਫਰਦੇ ਸੱਜਣ ਬਣਾਉਣੇ ਚਾਹੀਦੇ ਨੇ ਮੇਰੀ ਫਰਦਿਆਂ ਨਾਲ ਇਸਲਾਮ ਦੁਆ ਕਿਸੇ ਸ਼ਹਿਰ ਦੀ ਥੋੜ ਵੀ ਕੋਈ ਨਹੀਂ ਉਹ ਤੇਰੇ ਵਰਗੇ ਸੱਜਣ ਗਰੀਬਾਂ ਦੀ ਮੈਨੂੰ ਪੰਮਦੀ ਲੋੜ ਵੀ ਕੋਈ ਨਹੀਂ ਮੇਰਾ ਜੇ ਤਾਈ ਬਖਤ ਆਰੂ ਤੇ ਆਏ ਮੈਨੂੰ ਵੀ ਪਤਾ ਹੈ ਅੱਗੇ ਤੋਂ ਕਾਲੇ ਦਾ ਮੇਣਾ ਦੇ ਲਿਆ ਹੈ ਹੁਣ ਤੂੰ ਮੈਨੂੰ ਗਰੀਬ ਖਲੀ ਸਦੇ ਨੇ ਮੇਰਾ ਜੇ ਤਾਈ ਬਖਤ ਆਰੂ ਤੇ ਹਾ ਮੇਰਾ ਸੱਜਣ ਵੀ ਯਾਰ ਉਦਾ ਹਾਂ ਉਹਦਾ ਯਾ ਲੱਗਦਾ ਡਰ ਬਦਨਾਮੀਆਂ ਤੂੰ ਗੱਤ ਬਾਂ ਚ ਟੁਰਦਾ ਬਾਹਾਂ ਔਰ ਮੇਰੇ ਸਿਰ ਤੇ ਦਾਨਿਸ਼ ਧੁੱਪ ਨਾ ਹੋਵੇ ਦਾ ਹੱਥਾਂ ਨਾਲ ਕਰੇਂਦਾ ਛਾਂ ਹਾਂ ਆਹ ਕੱਦਾਂ ਜਣ ਵੀ ਖਲੀਆਂ ਜਿਹੜੀਆਂ ਤੇ ਇਕੱਠੇ ਸ਼ੌਕ ਤੂੰ ਲਿਖਦਾ ਨਾ ਆਉਂ ਹੁਣ ਮੋਬਾਈਲ ਦਾ ਦੌਰ ਆ ਗਿਆ ਕੱਦ ਵਾਲਾ ਜ਼ਮਾਨਾ ਗਿਆ ਚਲੋ ਤੇ ਮੋਬਾਈਲ ਦੀ ਗੱਲ ਦਾਨ ਸਾਹਿਬ ਕੇ ਹੋਵੇ ਸ਼ੌਕ ਜੇ ਸੰਗਤ ਨਿਭਾਵਣ ਦਾ ਨੁਕਸਾਨ ਉਠਾਉਣੇ ਪੰਦੇ ਨਾ ਲਿਖਣ ਦੀ ਗੱਲ ਕੀਤੀ ਹੈ ਨਾ ਤੁਸਾਂ ਹੋਵੇ ਸ਼ੌਕ ਜੇ ਸੰਗਤ ਨਿਭਾਵਣ ਦਾ ਨੁਕਸਾਨ ਉਠਾਉਣੇ ਪੰਦੇ ਤੇ ਭਾਰੇ ਭਾਰ ਸ਼ਰੀਕ ਦੇ ਮਿਹਣਿਆਂ ਦੇ ਨਿਤ ਸਿਰ ਤੇ ਚਾਵਣੇ ਪੰਦੇ ਤੇ ਗੱਲ ਲਾਵਣਾ ਪੰਦੇ ਗੁਰਬਤ ਨੂੰ ਗੱਲ ਲਾਵਣਾ ਪੰਦੇ ਗੁਰਬਤ ਨੂੰ ਧੱਕੇ ਜ਼ੋਬੀਆਂ ਕਾਵਣੇ ਪੰਦੇ ਉਹ ਇੰਜੇ ਸੰਗਤ ਸਲਾਮਤ ਨਹੀਂ ਰਹਿੰਦੀ ਘਰ ਬਾਰ ਲੁਟਾਵਣੇ ਪੰਦੇ ਤੇ ਕਦਾਂ ਤੇ ਨਾ ਲਿਖਣੇ ਕੋਈ ਸੌਖੇ ਨਹੀਂ ਹੁੰਦੇ ਬੇਫਾਇਦਾ ਝਾੜਾਂ ਖੂਹ ਦੀ ਮਾਣਦਾ ਛਾਂ ਹੋਰ ਕਿਦਾਂ ਹੀ ਫਲ ਹੋਰ ਕਿਦਾਂ ਹੀ ਹਾਂਜੀ ਸਾਹਿਬ ਬੇਫਾਇਦਾ ਝਾੜਾਂ ਖੂਹ ਦੀ ਮਾਣਦਾ ਛਾਂ ਹੋਰ ਕਿਦਾਂ ਹੀ ਫਲ ਹੋਰ ਕਿਦਾਂ ਹੀ ਸਾਰੀ ਜ਼ਿੰਦਗੀ ਕੂੜ ਤੇ ਹੱਥ ਰੱਖੇ ਸਿੱਖ ਹੋਰ ਕਿਦਾਂ ਹੀ ਗੱਲ ਹੋਰ ਕਿਦਾਂ ਹੀ ਔਰ ਇੱਥੇ ਦਾਨਿਸ਼ ਕੌਣ ਇਤਮਾਰ ਕਰੇ ਗੜੀ ਹੋਰ ਕਿਦਾਂ ਹੀ ਪਲ ਹੋਰ ਕਿਦਾਂ ਹੀ ਹਾਂ ਤੋਤਾ ਉਜੜਿਆ ਬਾਗਾਂ ਦਾ ਅੱਜ ਹੋਰ ਕਿਦਾਂ ਹੀ ਕੱਲ ਹੋਰ ਕਿਦਾਂ ਹੀ ਕੋਈ ਜਿਵੇਂ ਦਾ ਵੇਨਾ ਉਸ ਨੂੰ ਸਾਹਮਣੇ ਵਾਲਾ ਵਿੰਜੇ ਦੇ ਨਜ਼ਰ ਹੁੰਦਾ ਹੈ ਅੱਛਾ ਅਦਨੇ ਕੇ ਕੱਲ ਗਰਮ ਬਾਜ਼ਾਰਾਂ ਨੇ ਤਾਜਰਾਂ ਦੇ ਬੰਦੇ
ਲੋੜ ਤੋਂ ਵਿਕ ਗਏ ਪੈਸਾ ਵੇਖ ਕੇ ਕੌਣ ਅੱਜ ਵਿਕਦਾ ਕੱਲ ਗਰਮ ਬਾਜ਼ਾਰਾਂ ਤਾਜਰਾਂ ਦੇ ਬੰਦੇ ਚੰਗੇ ਚੰਗੇ ਲੋੜ ਤੋਂ ਵਿਕ ਗਏ ਤੇ ਕਈ ਸ਼ੌਕ ਤੂੰ ਹੋ ਨੀਲਾਮ ਗਏ ਕਈ ਜ਼ਰ ਦੀ ਥੋੜ ਤੋਂ ਵਿਕ ਗਏ ਤੇ ਭਲੋ ਭਲੋ ਦਾ ਚੰਦ ਸਾਈ ਅੰਤ ਬਿਨਾ ਭਲੋ ਭਲੀ ਦਾ ਚੰਦ ਸਾਈ ਅੰਤ ਬਿਨਾ ਕਈ ਜੋੜ ਕਜੋੜ ਤੋਂ ਵਿਕ ਗਏ ਉਹ ਸਾਨੂੰ ਕਹਿਣਾ ਮੁਫਤ ਪਸੰਦ ਕੀਤਾ ਬੰਦੇ ਯਾਰ ਕਰੋੜ ਤੋਂ ਵਿਕ ਗਏ ਪਤਾ ਕੀ ਚੱਕਰ ਹੈ ਇਹ ਨਕਲੀ ਹੁਸਨ ਜਹਾਨ ਤੇ ਰਹਿ ਗਏ ਗੱਲ ਯਾਰ ਦੱਸ ਇਹਨਾਂ ਵਿਚਲੀ ਇਹਨਾਂ ਕੋਈ ਨਾ ਕੀ ਕੋਈ ਨਾ ਕੀ ਮੈਂ ਇਹਦੇ ਨਾਲ ਦੀ ਇਹਨ ਨਕਲੀ ਹੁਸਨ ਜਹਾਨ ਤੇ ਰਹਿ ਗਏ ਗੱਲ ਯਾਰ ਦੱਸ ਇਹਨਾਂ ਵਿਚਲੀ ਖੁਸ਼ਬੂਆਂ ਹੀ ਆਰਜ਼ੀ ਰਹਿ ਗਈਆਂ ਇੰਨਾ ਹੀ ਫੁੱਲ ਤੇ ਬਾਂਦੀ ਤਿਤਲੀ ਤੇ ਹਰ ਕਈ ਦੀ ਗਰਜ਼ ਤੇ ਲਾਲਚ ਤੂੰ ਵਧੀ ਅਕਲ ਤੇ ਸੋਚੇ ਫਿਸਲੀ ਡਿੱਠਾ ਦਾਨਿਸ਼ ਜਦਣ ਕਰੀਬ ਹੋ ਕੇ ਸਾਰੀ ਦੁਨੀਆ ਹੀ ਪਿੱਤਲ ਦੀ ਨਿਕਲੀ ਪਿੱਤਲ ਦੀ ਗੱਲ ਆਈ ਹੈ ਕਿ ਜਦਾਂ ਢਲਸੀ ਜੋਬਨ ਤਾਂ ਢਲ ਵੈਸੀ ਆਖਰ ਅਰੂਜ ਨੂੰ ਜ਼ਵਾਲ ਵੀ ਹੁੰਦਾ ਹੈ ਜਦਾਂ ਢਲਸੀ ਜੋਬਨ ਢਲ ਵੈਸੀ ਫਿਲਹਾਲ ਤਾਂ ਵਤਨ ਤੇ ਠਾਠੇ ਤੇ ਅਜੇ ਤਾਂ ਹੀ ਤਾਂ ਸਜਣ ਗਣੀਂਦੇ ਨਹੀਂ ਹਰ ਪਾਸੋਂ ਸੰਗਤ ਦੀ ਹਾਠੇ ਤੇ ਤੇਰੇ ਵਰਗੇ ਸਜਣੇ ਰੋਜ਼ ਹਜ਼ਾਰਾਂ ਦਾਨਾ ਸਾਹਿਬ ਤੇਰੇ ਵਰਗੇ ਕਮਲੇ ਰੋਜ਼ ਹਜ਼ਾਰਾਂ ਮੇਰੀ ਮਲ ਬਾਂਦੇ ਚੋਖਾਟੇ ਉਹ ਮੇਰੀ ਕਿਸੇ ਤੇ ਜੋਬੀਆਂ ਤੱਕ ਨਹੀਂ ਪੰਦੀ ਭਾਵੇਂ ਜੇਡਾ ਵੀ ਕੋਈ ਰਾਠੇ ਮੈਂ ਤੇਰੇ ਗੱਲ ਦੱਸਾਂ ਪੈਸਾ ਹੱਥ ਦੀ ਮੈਂ ਲਈ ਸ਼ਾਇਕਾ ਨਹੀਂ ਇਹਦੇ ਮਗਰ ਇਮਾਨ ਖੜਾ ਨਹੀਂ ਪੈਸਾ ਹੱਥ ਦੀ ਮੈਂ ਲਈ ਸ਼ਾਇਕਾ ਨਹੀਂ ਇਹਦੇ ਮਗਰ ਇਮਾਨ ਖੜਾ ਨਹੀਂ ਇੱਕ ਵੇਲੇ ਸ਼ਾਹ ਤੇ ਹੀ ਮੁੱਕ ਵੈਂਦਾ ਹੀ ਇਹਦੇ ਮਾਣ ਤੇ ਸੱਜਣ ਵਜਾ ਨਹੀਂ ਔਰ ਦੇਂਦਾ ਜ਼ਾਤ ਨਹੀਂ ਮਰਦਿਆਂ ਸਾਥ ਕਿਸੇ ਦਾ ਬਾਣੀ ਇਤਨਾ ਬੇਪਰਵਾਹ ਨਹੀਂ ਇੱਥੇ ਦਾਨਿਸ਼ ਵਕਤ ਦੇ ਹਾਕਮਾਂ ਨੂੰ ਲੱਦੀ ਪੈਸਿਆਂ ਨਾਲ ਵਫਾ ਨਹੀਂ ਅੱਜ ਕੱਲ੍ਹ ਵਫਾ ਕਰਦਾ ਕੌਣ ਹੈ ਜਿਹਨੂੰ ਗਰਜ਼ਾ ਨਾਲ ਪਿਆਰ ਹੋਵਣ ਹੋ ਸਕਦੇ ਅਹਿਲ ਵਫਾ ਨਹੀਂ